ਮੋਗਾ ਪੁਲਿਸ ਨੇ ਇੱਕ ਅਜਿਹੇ ਵਿਅਕਤੀ ਨੂੰ ਗ੍ਰਿਫਤਾਰ ਕਰਨ ਦੇ ਵਿੱਚ ਸਫਲਤਾ ਹਾਸਲ ਕੀਤੀ ਹੈ ਜੋ ਕਿ ਮੋਗਾ ਦੇ ਕਾਂਗਰਸ ਪਾਰਟੀ ਦੇ ਵਿਧਾਇਕ ਹਰਜੋਤ ਸਿੰਘ ਕਮਲ ਦੇ ਆਫਿਸ ਇੰਚਾਰਜ ਧੀਰਜ ਕੁਮਾਰ ਦਾ ਨਾਮ ਇਸਤੇਮਾਲ ਕਰਕੇ ਪਾਰਟੀ ਦੇ ਲੋਕਾਂ ਨੂੰ ਠੱਗੀ ਦਾ ਸ਼ਿਕਾਰ ਬਣਾ ਰਿਹਾ ਸੀ। ਇਸ ਦਾ ਪਤਾ ਲੱਗਣ ਦੇ ਉੱਤੇ ਮੋਗਾ ਪੁਲਿਸ ਦੇ ਵੱਲੋਂ ਇਸ ਨੂੰ ਬੜੀ ਮੁਸ਼ਕਿਲ ਦੇ ਨਾਲ ਗ੍ਰਿਫਤਾਰ ਕੀਤਾ ਗਿਆ। ਪੁਲਿਸ ਦੇ ਵੱਲੋਂ ਦੋਸ਼ੀ ਦੀ ਪਛਾਣ ਵਰਿੰਦਰ ਸਿੰਘ ਉਰਫ ਵਿੱਕੀ ਦੇ ਰੂਪ ਦੇ ਵਿੱਚ ਕੀਤੀ ਗਈ ਹੈ। ਇਹ ਜੀ ਜਿਹੜਾ ਵਿਅਕਤੀ ਹੈ ਇਹ ਵਿੱਕੀ ਵਰਿੰਦਰ ਸਿੰਘ ਉਰਫ ਵਿੱਕੀ, ਇਹ ਇਲੈਕਸ਼ਨ ਤੋਂ ਪਹਿਲਾਂ ਡਾਕਟਰ ਸਾਹਿਬ ਦੀ ਜਿਹੜੇ MLA ਡਾਕਟਰ ਹਰਜੋਤ ਕਮਲ ਉਹਨਾਂ ਦੀ ਕੰਪੇਨ ਦੇ ਵਿੱਚ ਉਹਨਾਂ ਦੇ ਨਾਲ ਆਉਂਦਾ ਜਾਂਦਾ ਸੀ ਅਤੇ ਉਹਨਾਂ ਦੇ ਦਫ਼ਤਰ ਖੁੱਲ੍ਹੇ ਹੋਏ ਸੀ ਇੱਥੇ ਜੀਤਾ ਭਵਨ ਦੇ ਨੇੜੇ ਅਤੇ ਬੱਗਾ ਕਲੋਨੀ 'ਚ। ਇਹ ਅਕਸਰ ਉੱਥੇ ਕੰਮਕਾਰ ਦੇਖਦਾ ਸੀਗਾ ਅਤੇ ਡਾਕਟਰ ਸਾਹਿਬ ਜਦੋਂ ਇਲੈਕਸ਼ਨ ਜਿੱਤਣ ਤੋਂ ਬਾਅਦ ਮੇਨ ਦਫ਼ਤਰ ਉੱਧਰ ਚਲਾ ਗਿਆ ਇੱਕ ਨੰਬਰ ਡਿਵੀਜ਼ਨ ਦੇ ਵਿੱਚ, ਅਤੇ ਇਹਨੇ ਉਸ ਦਫ਼ਤਰ ਦੀ ਆੜ ਦੇ ਵਿੱਚ MLA ਸਾਹਿਬ ਦਾ ਨਾਂ ਯੂਜ ਕਰਕੇ ਅਤੇ MLA ਸਾਹਿਬ ਦੇ ਮੇਨ ਦਫ਼ਤਰ ਜਿਹੜਾ ਇੱਥੇ ਉਹਨਾਂ ਦਾ ਇੰਚਾਰਜ ਸੀ ਧੀਰਜ ਕੁਮਾਰ ਧੀਰਾ ਉਹਦਾ ਨਾਂ ਯੂਜ ਕਰਕੇ ਅਤੇ ਸ਼ਹਿਰ ਦੇ ਵੱਖ ਵੱਖ ਰਸੂਖਦਾਰ ਵਿਅਕਤੀਆਂ ਤੋਂ ਜਿਨ੍ਹਾਂ 'ਚ ਕੁਛ ਡਾਕਟਰ ਸਾਹਿਬਾਨ ਨੇ ਕੁਝ ਵੱਡੇ ਦੁਕਾਨਦਾਰ ਨੇ ਉਹਨਾਂ ਤੋਂ ਫੋਨ ਕਰਕੇ ਵੀ ਡਾਕਟਰ ਸਾਹਿਬ ਨੇ ਮੰਗਵਾਏ ਆ ਜਾਂ ਦਫ਼ਤਰ 'ਚ ਚਾਹੀਦੇ ਆ ਡਾਕਟਰ ਸਾਹਿਬ ਗਏ ਹੋਏ ਨੇ, ਇਸ ਤਰੀਕੇ ਨਾਲ ਪੈਸੇ ਮੰਗਵਾਏ। ਇਸ ਤੋਂ ਇਲਾਵਾ ਇਹਨੇ ਇੱਕ ਦੋ ਮਤਲਬ ਠੱਗੀ ਪੁਲਿਸ ਦੇ ਨਾਂ 'ਤੇ ਵੀ ਮਾਰੀ 30-35 ਹਜ਼ਾਰ ਦੀ। ਜਦੋਂ ਇਹਨੇ ਇੱਦਾਂ ਦੇ ਕੰਮਕਾਰ ਕੀਤੇ ਤਾਂ ਇਹਦੇ 'ਚ ਸਾਨੂੰ ਕੰਪਲੇਂਟ ਆਈ ਵੀ ਕੋਈ ਵਿਅਕਤੀ ਇਸ ਤਰ੍ਹਾਂ ਦੀਆਂ ਠੱਗੀਆਂ ਮਾਰ ਰਿਹਾ ਡਾਕਟਰ ਸਾਹਿਬ ਦੇ ਨਾਂ 'ਤੇ ਜਾਂ ਡਾਕਟਰ ਸਾਹਿਬ ਦੇ ਦਫ਼ਤਰ ਦੇ ਨਾਂ 'ਤੇ ਧੀਰਜ ਦਾ ਨਾਂ ਲੈ ਕੇ, ਅਤੇ ਉਹਦੇ 'ਤੇ ਅਸੀਂ ਇਨਕੁਆਇਰ ਕੀਤਾ ਵੀ ਕੌਣ ਵਿਅਕਤੀ ਅਤੇ ਕਿਸ ਤਰੀਕੇ ਨਾਲ ਇਹ ਕੰਮ ਕਰ ਰਿਹਾ, ਜਿਸ 'ਤੇ ਸਾਹਮਣੇ ਆਇਆ ਵੀ ਵਰਿੰਦਰ ਸਿੰਘ ਉਰਫ ਵਿੱਕੀ ਸਨ ਆਫ ਵਜ਼ੀਰ ਸਿੰਘ ਕੌਮ ਮਜ਼੍ਹਬੀ ਸਿੱਖ ਵਾਸੀ ਗੁਰੂ ਰਾਮਦਾਸ ਨਗਰ ਮੋਗਾ, ਇਹਨੇ ਵੱਖ ਵੱਖ ਵਿਅਕਤੀਆਂ ਤੋਂ 500 ਤੋਂ ਲੈ ਕੇ ਸਭ ਤੋਂ ਵੱਡੀ ਠੱਗੀ ਇਹਨੇ 35 ਹਜ਼ਾਰ ਦੀ ਜਿਹੜੀ ਹੈ ਮਾਰੀ ਹੈ, ਅਤੇ 10-10 ਹਜ਼ਾਰ, 15-9 ਹਜ਼ਾਰ, 7 ਹਜ਼ਾਰ, 5-5 ਹਜ਼ਾਰ ਕਰਕੇ ਇਹਨੇ ਵੱਖ ਵੱਖ ਲੋਕਾਂ ਤੋਂ ਲਏ। ਫੋਨ ਕਰਦਾ ਸੀ ਫੋਨ ਕਰਕੇ ਵੀ ਦਫ਼ਤਰ ਦੇ ਵਿੱਚ MLA ਸਾਹਿਬ ਜਿਵੇਂ ਦਿੱਲੀ ਗਏ ਆ ਅਤੇ ਸਾਨੂੰ ਦਫ਼ਤਰ ਕੁਛ ਪੈਸੇ ਚਾਹੀਦੇ ਆ, ਇਸ ਤਰੀਕੇ ਨਾਲ ਕੁਛ ਉਹਨਾਂ ਦੇ ਕਰਦਾ ਵੀ ਉਹਨਾਂ ਲੋਕਾਂ ਨੂੰ ਸੀ ਜਿਹੜੇ ਉਹਨਾਂ ਦੇ ਕੁਛ ਕਰੀਬੀ ਹੈ। ਔਰ ਕਈ ਵਿਅਕਤੀ ਇਸ ਕਰਕੇ ਕਿ ਹੋ ਸਕਦਾ ਕਿ ਲੋੜ ਹੋਊਗੀ ਡਾਕਟਰ ਸਾਹਿਬ, ਹੋ ਸਕਦਾ ਦਿੱਲੀ ਗਏ ਆ, ਔਰ ਕਈ ਵਾਰੀ ਉਹ ਕਿਤੇ ਆਸੇ ਪਾਸੇ ਗਏ ਵੀ ਹੁੰਦੇ ਸੀ ਅਤੇ ਉਹਨਾਂ ਨੂੰ ਪਤਾ ਹੁੰਦਾ ਸੀ ਗਏ ਆ, ਇਸ ਕਰਕੇ ਉਹ ਦੇ ਦਿੰਦੇ ਸੀ। ਆਲਮੋਸਟ 22-23 ਜਣੇ ਆ ਜਿਹੜੇ ਹੁਣ ਤੱਕ ਪਿਕਚਰ 'ਚ ਆ ਗਏ ਆ ਜਿਨ੍ਹਾਂ ਤੋਂ ਇਹਨੇ ਠੱਗੀ ਮਾਰੀ। 1.25 ਲੱਖ ਦੇ ਕਰੀਬ ਹੈ ਜਿਹੜੇ ਇਹਨੇ ਅਮਾਊਂਟ ਠੱਗੀ ਮਾਰੀ। ਬਿਲਕੁਲ ਜੀ, ਜਿਨ੍ਹਾਂ ਦੇ ਨਾਂ 'ਤੇ ਪੈਸੇ ਲੈ ਰਹੇ ਸੀ ਧੀਰਜ, ਉਹਨੂੰ ਜਦੋਂ ਪੁੱਛਿਆ ਡਾਕਟਰ ਸਾਹਿਬ ਨੇ ਅਤੇ ਉਹਨੇ ਕਿਹਾ ਵੀ ਮੇਰੇ ਵੱਲੋਂ ਇਹੋ ਜਿਹੀ ਕੋਈ ਗੱਲ ਨਹੀਂ, ਅਤੇ ਫਿਰ ਉਹਨੇ ਹੀ ਧੀਰਜ ਕੁਮਾਰ ਨੇ ਹੀ ਲਿਖਤੀ ਸ਼ਿਕਾਇਤ ਦਿੱਤੀ, ਉਹਦੇ ਬਿਆਨਾਂ 'ਤੇ ਹੀ ਪਰਚਾ ਦਰਜ ਹੋਇਆ। ਉਸੇ ਦਾ ਹੀ ਨਾਂ ਯੂਜ਼ ਕਰਦਾ ਸੀ ਕਿਉਂਕਿ ਉਹ ਦਫ਼ਤਰ ਦਾ ਇੰਚਾਰਜ ਸੀ ਅਤੇ ਉਹਦੇ ਰਾਹੀਂ ਅਕਸਰ ਫੋਨ ਜਾਂਦਾ ਸੀ ਜੇ ਕਿਸੇ ਨੂੰ ਕਿਸੇ ਕੰਮ ਕਾਰ ਬਾਰੇ, ਅਤੇ ਇਹਨੇ ਉਹਦਾ ਨਾਂ ਯੂਜ਼ ਕਰਕੇ ਪੈਸੇ ਇਕੱਠੇ ਕਰਨੇ ਸ਼ੁਰੂ। ਇਹਦੇ 'ਤੇ ਮੁਕੱਦਮਾ ਦਰਜ ਕੀਤਾ ਜੀ 420 IPC ਦੇ ਤਹਿਤ ਮੁਕੱਦਮਾ ਨੰਬਰ ਦਰਜ। ਮੋਗਾ ਤੋਂ ਕੈਮਰਾਮੈਨ
ਨਵੀਨ ਸਿੰਗਲਾ ਦੇ ਨਾਲ ਬਿੱਟੂ ਪੁਰਵਾ ਦੀ ਰਿਪੋਰਟ, ਜਗਤ ਸੇਵਕ ਵੈਬ ਟੀਵੀ।